ਸ਼ੰਭੂ ਬਾਰਡਰ 'ਤੇ ਇਸ ਵਕਤ ਦੇ ਹਾਲਾਤ ਕੀ ਹੈ? ਸਾਡੇ ਸਹਿਯੋਗੀ ਸਮਤਪ੍ਰੀਤ ਮਾਹਲ ਸਾਡੇ ਨਾਲ ਜੁੜੇ ਹੋਏ ਆ, ਉਹਨਾਂ ਤੋਂ ਉੱਥੋਂ ਦੀ ਸਥਿਤੀ ਜਾਣਾਂਗੇ। ਸਮਤ, ਅਸੀਂ ਤਸਵੀਰਾਂ ਲਗਾਤਾਰ ਸਵੇਰ ਦੀਆਂ ਵੇਖ ਰਹੇ ਹਾਂ ਕਿ ਕਈ ਵਾਹਨ ਰੁਕੇ, ਕਈ ਲੋਕ ਖੱਜਲ ਖੁਆਰ ਹੋਏ। ਲੋਕਾਂ ਨੇ ਕਿਹਾ ਕਿ ਸਾਨੂੰ ਪਤਾ ਨਹੀਂ ਸੀ ਕਿ ਇਸ ਤਰ੍ਹਾਂ ਹਰਿਆਣਾ ਜਾਣ ਤੋਂ ਸਾਨੂੰ ਰੋਕ ਦਿੱਤਾ ਜਾਏਗਾ। ਕੁਝ ਫਲਾਈਟ ਆਪਣੀ ਜਿਨ੍ਹਾਂ ਨੇ ਲੈਣੀ ਸੀ ਦਿੱਲੀ ਜਾ ਕੇ ਜਾਂ ਕੋਈ ਹੋਰ ਕੰਮਕਾਰ ਦੇ ਲਈ ਜਾ ਰਹੇ ਸੀ, ਤਾਂ ਸਾਰਿਆਂ ਨੇ ਹੀ ਖੱਜਲ ਖੁਆਰੀ ਕਾਫੀ ਸਹੀ ਹੈ। ਇਸ ਵਕਤ ਦੀ ਸਥਿਤੀ ਕੀ ਹੈ ਸ਼ੰਭੂ ਬਾਰਡਰ ਦੇ ਉੱਤੇ? ਕਿਵੇਂ ਦੀ ਤਿਆਰੀ ਪ੍ਰਸ਼ਾਸਨ ਦੀ, ਅਤੇ ਲੋਕ ਵੀ ਕੀ ਖੱਜਲ ਖੁਆਰ ਹੋ ਰਹੇ ਹਾਲੇ? ਜਤਿੰਦਰ, ਦੇਖੋ ਇਸ ਵਕਤ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਖੜੇ ਹਾਂ, ਕਿਉਂਕਿ ਸ਼ੰਭੂ ਬਾਰਡਰ ਗੇਟਵੇ ਆਫ ਪੰਜਾਬ ਆ ਜਿਹੜਾ ਉਹ ਕਿਹਾ ਜਾਂਦਾ ਹੈ, ਕਿਉਂਕਿ ਜੇਕਰ ਕਿਸੇ ਨੇ ਦਿੱਲੀ ਤੋਂ ਆਉਣਾ ਜਾਂ ਕਿਸੇ ਤੋਂ ਵੀ ਆਉਣਾ ਪੰਜਾਬ ਦੇ ਵਿੱਚ ਐਂਟਰੈਂਸ ਲੈਣੀ ਹੈ ਤਾਂ ਉਹ ਸ਼ੰਭੂ ਬਾਰਡਰ ਦੇ ਥਰੂ ਹੀ ਜਿਹੜਾ ਐਂਟਰ ਹੈ ਪੰਜਾਬ ਦੇ ਵਿੱਚ ਜਿਹੜਾ ਉਹ ਕਰੇਗਾ। ਤਾਂ ਇੱਥੇ ਸ਼ੰਭੂ ਬਾਰਡਰ ਦੇ ਹਾਲਾਤ ਤੁਹਾਨੂੰ ਇੱਕ ਵਾਰੀ ਦਿਖਾ ਦੇਣਾ ਚਾਹੁੰਦਾ ਕਿ ਦੋਵੇਂ ਪਾਸੇ ਜਿਹੜਾ ਘੱਗਰ ਦਰਿਆ ਦੇ ਉੱਤੇ ਜੋ ਪੁਲ ਹੈ ਸ਼ੰਭੂ ਬਾਰਡਰ ਦਾ, ਜੋ ਪੰਜਾਬ ਅਤੇ ਹਰਿਆਣੇ ਨੂੰ ਜੋੜਦਾ ਹੈ ਪੁਲ, ਤਾਂ ਉਸ ਨੂੰ ਕਿਸ ਤਰ੍ਹਾਂ ਨਾਲ ਪ੍ਰਸ਼ਾਸਨ ਵੱਲੋਂ ਬੰਦ ਕੀਤਾ ਗਿਆ? ਹਾਲਾਂਕਿ 13 ਫਰਵਰੀ ਨੂੰ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਜਿਹੜਾ ਐਲਾਨ ਆ ਉਹ ਕੀਤਾ ਹੋਇਆ, ਪਰ ਉਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਆਪਣੀ ਤਿਆਰੀਆਂ ਨੇ ਵਿੱਢ ਲਿੱਤੀਆਂ ਨੇ, ਕਿਉਂਕਿ ਪ੍ਰਸ਼ਾਸਨ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਨਾਲ ਪਹਿਲਾਂ ਕਿਸਾਨੀ ਅੰਦੋਲਨ ਵੇਲੇ ਜਿਸ ਤਰ੍ਹਾਂ ਨਾਲ ਇੱਥੇ ਬੈਰੀਗੇਟਿੰਗ ਤੋੜੇ ਗਏ ਸਨ ਕਿਸਾਨਾਂ ਵੱਲੋਂ, ਜਿਸ ਤਰ੍ਹਾਂ ਨਾਲ ਟਰੈਕਟਰਾਂ ਦੇ ਨਾਲ ਜਿਹੜਾ ਬਹੁਤ ਸਾਰੇ ਬੈਰੀਗੇਟ ਅਤੇ ਪੱਥਰਾਂ ਨੂੰ ਹਟਾ ਦਿੱਤਾ ਗਿਆ ਸੀ, ਈਵਨ ਇਹ ਦਰਿਆ ਦੇ ਵਿੱਚੋਂ ਟਰੈਕਟਰਾਂ ਨੂੰ ਲੰਘਾਇਆ ਗਿਆ ਸੀ, ਤਾਂ ਉਸ ਤਰ੍ਹਾਂ ਦੇ ਨਾਲ ਦੁਬਾਰਾ ਕਿਸਾਨ ਇੱਥੋਂ ਨਾ ਜਾ ਸਕਣ, ਜਿਸ ਕਾਰਨ ਤਿਆਰੀਆਂ ਨੇ ਉਹ ਹਰਿਆਣਾ ਪ੍ਰਸ਼ਾਸਨ ਵੱਲੋਂ ਕਰ ਲਿੱਤੀਆਂ ਗਈਆਂ ਨੇ। ਪਰ ਦੂਜੇ ਪਾਸੇ ਆਮ ਜਨਤਾ ਨੂੰ ਜਿਹੜਾ ਖੱਜਲ ਖੁਆਰੀ ਹੈ ਜਿਹੜੀ ਉਹ ਜ਼ਰੂਰ ਵਧਾ ਦਿੱਤੀ ਹੈ, ਕਿਉਂਕਿ ਜੇਕਰ ਅੱਜ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਅੱਜ ਇੱਕੋ ਹੀ ਤਸਵੀਰ ਸਾਹਮਣੇ ਰਹੀ, ਬਹੁਤ ਸਾਰੇ ਲੋਕ ਖੱਜਲ ਖੁਆਰ ਹੁੰਦੇ ਹੋਏ ਦਿਖਾਈ ਦਿੱਤੇ ਅਤੇ ਬਹੁਤਿਆਂ ਦੀ ਫਲਾਈਟ ਹੈ ਜਿਹੜੀ ਉਹ ਮਿਸ ਹੋ ਗਈ, ਕਿਉਂਕਿ ਪੰਜਾਬ ਤੋਂ ਜੇਕਰ ਮਾਝੇ ਦੀ ਗੱਲ ਕੀਤੀ ਜਾਵੇ, ਦੁਆਬਾ ਦੀ ਗੱਲ ਕੀਤੀ ਜਾਵੇ ਅਤੇ ਈਵਨ ਥੋੜ੍ਹਾ ਹਿੱਸਾ ਮਾਲਵਾ ਦੀ ਗੱਲ ਕੀਤੀ ਜਾਵੇ, ਜੇਕਰ ਉਹਨਾਂ ਨੇ ਦਿੱਲੀ ਨੂੰ ਜਾਣਾ ਹੈ ਤਾਂ ਉਹ ਇਹੀ ਰਸਤਾ ਚੁਣਦੇ ਨੇ, ਕਿਉਂਕਿ ਬਾਇਆ ਅੰਬਾਲਾ ਹੋ ਕੇ ਜਿਹੜੇ ਉਹ ਦਿੱਲੀ ਜਾਂਦੇ ਨੇ ਤਾਂ ਉਹਨਾਂ ਦੀਆਂ ਬਹੁਤਿਆਂ ਦੀ ਫਲਾਈਟਾਂ ਨੇ ਜਿਹੜੀਆਂ ਉਹ ਮਿਸ ਹੋ ਚੁੱਕੀਆਂ ਨੇ। ਤਾਂ ਇੱਥੇ ਦੇਖ ਸਕਦੇ ਹੋ ਕਿ ਸਰੀਏ ਨੇ ਜਿਹੜੇ ਉਹ ਲਗਾ ਦਿੱਤੇ ਗਏ ਨੇ ਪ੍ਰਸ਼ਾਸਨ ਵੱਲੋਂ, ਤਾਂ ਜੋ ਕੋਈ ਵੀ ਟਰੈਕਟਰ ਹੈ ਜਿਹੜਾ ਉਹ ਅੱਗੇ ਨਾ ਜਾ ਸਕੇ, ਅਤੇ ਬੈਰੀਗੇਟਿੰਗ ਆ ਜਿਹੜੀ ਉਹ ਕਰ ਦਿੱਤੀ ਗਈ ਹੈ। ਹਾਲਾਂਕਿ ਜਿਹੜੀ ਇਹ ਬੈਰੀਗੇਟਿੰਗ ਆ ਉਹ ਕਾਫੀ ਲੇਅਰ ਦੇ ਵਿੱਚ ਜਿਹੜੀ ਵੱਖ ਵੱਖ ਤਰੀਕੇ ਦੇ ਨਾਲ ਡਿਵਾਈਡ ਕੀਤੀ ਹੋਈ ਹੈ, ਤਾਂ ਇੱਥੇ ਦੇਖ ਸਕਦੇ ਹੋ ਕਿ ਪਹਿਲੀ ਲੇਅਰ ਹੈ ਜਿਹੜੀ ਬੈਰੀਗੇਟਿੰਗ ਦੀ, ਤਾਂ ਉੱਥੇ ਇੱਕ ਪੱਥਰ ਨੇ ਜਿਹੜੇ ਉਹ ਰੱਖ ਦਿੱਤੇ ਗਏ ਨੇ, ਜਿਸ ਤੋਂ ਬਾਅਦ ਦੇ ਵਿੱਚ ਕੰਕਰੀਟ ਪਾ ਕੇ ਵੱਡੇ ਪੱਥਰਾਂ ਨੂੰ ਜਿਹੜਾ ਉਹ ਰੱਖ ਦਿੱਤਾ ਗਿਆ, ਤਾਂ ਜੋ ਜਦੋਂ 13 ਫਰਵਰੀ ਯਾਨੀ ਕਿ ਅੱਜ ਤੋਂ 3 ਦਿਨ ਅਜੇ ਬਾਕੀ ਨੇ, ਜੇ 3 ਦਿਨਾਂ ਬਾਅਦ ਇਹ ਜਿਹੜੇ ਪੱਥਰ ਨੇ ਪੂਰਨ ਤੌਰ ਦੇ ਉੱਤੇ ਜੰਮ ਜਾਣ, ਜਿਸ ਕਾਰਨ ਕੰਕਰੀਟ ਪਾ ਕੇ ਇਹਨਾਂ ਪੱਥਰਾਂ ਨੂੰ ਉਹਨਾਂ ਦੀ ਥਾਂ ਦੇ ਉੱਤੇ ਟਿਕਾ ਦਿੱਤਾ ਗਿਆ ਹੈ, ਤਾਂ ਉਸ ਤੋਂ ਬਾਅਦ ਦੇ ਵਿੱਚ ਫਿਰ ਇੱਕ ਬੈਰੀਗੇਟਿੰਗ ਆ ਜਿਹੜੀ ਉਹ ਪੱਥਰਾਂ ਦੀ ਕੀਤੀ ਹੋਈ ਹੈ, ਜਿਸ ਤੋਂ ਬਾਅਦ ਦੇ ਵਿੱਚ ਰੇਤੇ ਦੇ ਥੈਲੇ ਨੇ ਜਿਹੜੇ ਉਹ ਲਗਾਏ ਗਏ ਨੇ, ਅਤੇ ਉਸ ਤੋਂ ਕੁਝ ਹੀ ਦੂਰੀ ਦੇ ਉੱਤੇ ਯਾਨੀ ਕਿ 2 ਪਲਾਂਗ ਦੀ ਦੂਰੀ ਦੇ ਉੱਤੇ 2 ਲੇਅਰਿੰਗ ਬੈਰੀਗੇਟਿੰਗ ਆ ਜਿਹੜੀ ਉਹ ਕੀਤੀ ਹੋਈ ਹੈ, ਅਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਰੀਏ ਨੇ, ਨਕੀਲੇ ਸਰੀਏ ਨੇ, ਉਹਨਾਂ ਨੂੰ ਪੂਰਨ ਤੌਰ ਦੇ ਉੱਤੇ ਲਾ ਕੇ ਸੜਕ ਦੇ ਉੱਤੇ, ਹਾਈਵੇ ਦੇ ਉੱਤੇ ਇਹ ਸਰੀਏ ਲਗਾਏ ਜਾ ਰਹੇ ਨੇ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਸਰੀਏ ਨੂੰ ਜਿਹੜਾ ਕੰਕਰੀਟ ਦੇ ਨਾਲ ਇੱਕ ਥਾਂ ਦੇ ਉੱਤੇ ਜਮਾਇਆ ਜਾ ਰਿਹਾ ਹੈ, ਤਾਂ ਜੋ ਕੋਈ ਵੀ ਟਰੈਕਟਰ ਜਾਂ ਕੋਈ ਵੀ ਟਰਾਲੀ ਹੈ ਜਿਹੜੀ ਇੱਥੋਂ ਨਾ ਲੰਘ ਸਕੇ, ਜੇਕਰ ਲੰਘਦਾ ਹੈ ਤਾਂ ਉਸਦਾ ਟਾਇਰ ਫਟ ਜਾਵੇਗਾ। ਤਾਂ ਇਹ ਤਸਵੀਰਾਂ ਤੁਸੀਂ ਇਸ ਵਕਤ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਦੇਖ ਸਕਦੇ ਹੋ, ਅਤੇ ਦੂਜੇ ਪਾਸੇ ਮੇਰੇ ਕੈਮਰਾਮੈਨ ਨੂੰ ਕਹਿਣਾ ਚਾਹਾਂਗਾ ਤਸਵੀਰਾਂ ਦਿਖਾਈਆਂ ਜਾਣ। ਦੂਸਰੇ ਸਾਈਡ 'ਤੇ ਵੀ ਜਿਹੜੀ ਐਂਟੀ ਰਾਇਡਸ ਹੈ ਜਿਹੜੀ ਉਹ ਤੈਨਾਤ ਕਰ ਦਿੱਤੀ ਗਈ ਹੈ, ਠੀਕ ਇਸੇ ਤਰ੍ਹਾਂ ਦੀ ਬੈਰੀਗੇਟਿੰਗ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ। ਬੈਰੀਗੇਟਿੰਗ ਕਰਨ ਤੋਂ ਬਾਅਦ ਦੇ ਵਿੱਚ ਠੀਕ ਇਸੇ ਤਰ੍ਹਾਂ ਦੇ ਨਾਲ ਕੰਕਰੀਟ ਪਾ ਕੇ ਜਿਹੜੇ ਨਕੀਲੇ ਜਿਹੜੇ ਸਰੀਏ ਨੇ ਜਿਹੜੇ ਉਹ ਲਗਾਏ ਜਾ ਰਹੇ ਨੇ ਹਾਈਵੇ ਦੇ ਉੱਤੇ, ਤਾਂ ਜੋ ਕੋਈ ਵੀ ਟਰੈਕਟਰ ਟਰਾਲੀ ਇੱਥੋਂ ਨਾ ਲੰਘ ਸਕੇ, ਅਤੇ ਦਰਿਆ ਦੇ ਥੱਲੇ
ਜੇ ਮੈਂ ਹਾਲਾਂਕਿ ਲਾਈਟ ਜਿਹੜੀ ਜ਼ਰੂਰ ਡਿਮ ਹੋ ਚੁੱਕੀ ਹੈ, ਉਹ ਤਸਵੀਰਾਂ ਨਹੀਂ ਦਿਖਾ ਪਾਵਾਂਗਾ, ਪਰ ਇੱਕ ਵਾਰੀ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਤਸਵੀਰਾਂ ਦਿਖਾਈਆਂ ਜਾਣ, ਕਿਉਂਕਿ ਹਰ ਇੱਕ ਤਸਵੀਰ ਦਰਸ਼ਕ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ ਕਿ ਆਖਿਰਕਾਰ ਪ੍ਰਸ਼ਾਸਨ ਨੇ ਪ੍ਰਬੰਧ ਕਿਸ ਤਰ੍ਹਾਂ ਨਾਲ ਕੀਤੇ ਹੋਏ ਨੇ। ਪਿਛਲੀ ਵਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸੇ ਘੱਗਰ ਦੇ ਵਿੱਚ ਬਹੁਤ ਸਾਰੇ ਬੈਰੀਗੇਟ ਤੋੜੇ ਗਏ ਸਨ ਅਤੇ ਇਸੇ ਰਾਹ ਦੇ ਉੱਤੋਂ ਟਰੈਕਟਰ ਟਰਾਲੀਆਂ ਜਿਹੜੀਆਂ ਉਹ ਦਰਿਆ ਦੇ ਵਿੱਚੋਂ ਕੱਢੀਆਂ ਗਈਆਂ ਸਨ ਕਿਸਾਨਾਂ ਵੱਲੋਂ। ਤਾਂ ਇਸ ਵਾਰ ਪ੍ਰਸ਼ਾਸਨ ਵੱਲੋਂ ਦੇਖ ਸਕਦੇ ਹੋ ਕਿ JCB ਦੇ ਨਾਲ ਪਹਿਲਾਂ ਇੱਕ ਕਾਫੀ ਡੂੰਘਾ ਯਾਨੀ ਕਿ 20 ਤੋਂ 25 ਫਿੱਟ ਦਾ ਜਿਹੜਾ ਖੱਡਾ ਜਿਹੜਾ ਉਹ ਪੱਟ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਅਲੱਗ ਅਲੱਗ ਥਾਂ ਦੇ ਉੱਤੇ ਪੀਲੇ ਪੰਜੇ ਦੇ ਨਾਲ ਯਾਨੀ ਕਿ JCB ਦੇ ਨਾਲ ਬਹੁਤ ਸਾਰੇ ਚੌੜੇ ਚੌੜੇ ਜਿਹੜੇ ਰਾਹ ਨੇ ਜਿਹੜੇ ਉਹ ਪੱਟ ਦਿੱਤੇ ਗਏ ਨੇ ਤਾਂ ਜੋ ਕੋਈ ਵੀ ਟਰੈਕਟਰ ਹੈ ਜਿਹੜਾ ਉਹ ਦਰਿਆ ਦੇ ਵਿੱਚੋਂ ਵੀ ਨਾ ਲੰਘ ਸਕੇ, ਕਿਉਂਕਿ ਪਿਛਲੀ ਵਾਰ ਦੀਆਂ ਤਸਵੀਰਾਂ ਦੇਖੀਆਂ ਗਈਆਂ ਸਨ ਕਿ ਬਹੁਤ ਸਾਰੇ ਟਰੈਕਟਰ ਨੇ ਜਿਹੜੇ ਇਸ ਦਰਿਆ ਦੇ ਰਾਹੀਂ ਜਿਹੜਾ ਇਸ ਸ਼ੰਭੂ ਬਾਰਡਰ ਨੂੰ ਕ੍ਰੋਸ ਕਰਦੇ ਹੋਏ ਨਜ਼ਰ ਆਏ ਸਨ। ਤਾਂ ਹੁਣ ਉਹ ਤਸਵੀਰਾਂ ਤਾਜ਼ੀਆਂ ਤੁਹਾਨੂੰ ਦਿਖਾ ਦਿੰਦੇ ਹਾਂ। ਤਾਂ ਦੂਜੇ ਪਾਸੇ ਵੀ ਉਸੇ ਤਰ੍ਹਾਂ ਨਾਲ ਪ੍ਰਸ਼ਾਸਨ ਵੱਲੋਂ ਜਿਹੜਾ ਪੂਰਾ ਪ੍ਰਬੰਧ ਹੈ ਜਿਹੜਾ ਉਹ ਕੀਤਾ ਗਿਆ ਹੈ, ਪਰ ਦੂਜੇ ਪਾਸੇ ਲੋਕਾਂ ਦੀ ਖੱਜਲ ਖੁਆਰੀ ਇਸ ਤਰ੍ਹਾਂ ਕਰਕੇ ਵੱਧ ਰਹੀ ਹੈ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਦਿੱਲੀ ਨੂੰ ਜਾਣਾ ਚਾਹੁੰਦੇ ਸਨ ਉਹਨਾਂ ਲਈ ਰਸਤਾ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ ਪ੍ਰਸ਼ਾਸਨ ਵੱਲੋਂ। ਅਤੇ ਨੌਜਵਾਨ ਸਾਡੇ ਨਾਲ ਮੌਜੂਦ ਨੇ, ਨੌਜਵਾਨਾਂ ਨੂੰ ਗੱਲਬਾਤ ਕਰਦੇ ਹਾਂ ਕਿ ਆਖਿਰਕਾਰ ਕਿੱਥੋਂ ਦੇ ਵਸਨੀਕ ਹੋ ਭਾਈ ਜੀ? ਸ਼ੰਭੂ ਕਲਾਂ ਪਿੰਡ ਹੈ ਜੀ। ਸ਼ੰਭੂ ਕਲਾਂ ਹੀ ਪਿੰਡ ਹੈ? ਹਾਂਜੀ। ਤਾਂ ਕੀ ਲੱਗਦਾ ਕੀ ਹੈ ਅੱਜ ਤੋਂ ਕੱਲ ਦੀ ਕੀ ਤਸਵੀਰ ਸੀ, ਅੱਜ ਕੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ? ਲੱਗਦਾ ਕਿ ਇਸ ਤਰ੍ਹਾਂ ਨਾਲ ਕਿਸਾਨ ਰੁਕ ਜਾਣਗੇ? ਨਹੀਂ, ਵੈਸੇ ਮੁਸ਼ਕਲ ਆ, ਨਹੀਂ ਰੁਕਣਗੇ। ਕੀ ਕਾਰਨ ਕੀ ਮੰਨਦੇ ਹੋ, ਕਿਉਂ ਰੁਕਣਾ ਕਿਉਂ ਨਹੀਂ ਚਾਹੀਦਾ? ਪਹਿਲਾਂ ਕਿਹੜਾ ਰੁਕ ਗਏ ਸੀ ਤੇ ਹੁਣ ਕਿਹੜਾ ਰੁਕਣਗੇ ਜੀ? ਤੁਸੀਂ ਹੁਣ ਅੱਜ ਇੱਥੇ ਕੀ ਦੇਖਣ ਆਏ ਹੋ ਲੋਕਲ ਨੂੰ? ਤੁਸੀਂ ਤਾਂ ਲੋਕਲ ਤੋਂ ਬਾਅਦ ਦੇ ਵਿੱਚ ਲੱਗਦਾ ਕਿ ਤੁਹਾਨੂੰ ਅੱਜ ਤੁਸੀਂ ਦੇਖਿਆ ਹੋਵੇਗਾ ਕਿ ਕਿਸ ਤਰ੍ਹਾਂ ਨਾਲ ਲੋਕ ਪਰੇਸ਼ਾਨ ਹੋ ਰਹੇ ਸਨ ਕਿਸ ਤਰ੍ਹਾਂ ਨਾਲ, ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਦਿੱਕਤ ਆਈ? ਦਿੱਕਤ ਹੈ ਜੀ, ਸਾਡੇ ਰਿਸ਼ਤੇਦਾਰਾਂ ਨੇ, ਮੈਂ ਲੈਣ ਹੀ ਆਇਆ ਜੀ। ਰਿਸ਼ਤੇਦਾਰਾਂ ਲੈਣ ਆਏ ਹੋ? ਹਾਂ ਜੀ। ਕਿੱਥੋਂ ਆ ਰਹੇ ਰਿਸ਼ਤੇਦਾਰ? ਹਰਿਆਣੇ ਤੋਂ ਆ ਰਹੇ, ਸੁਜਾਦਪੁਰ ਤੋਂ। ਠੀਕ ਹੈ ਸੰਮਤ। ਹਾਂਜੀ, ਤੁਸੀਂ ਗੱਲਬਾਤ ਜਿਹੜੀ ਆ ਉਹ ਕਰਦੇ ਰਹੇ ਹੋ, ਤੁਹਾਡੇ ਕੋਲ ਫਿਰ ਜਿਹੜਾ ਉੱਥੋਂ ਆਵਾਂਗੇ ਔਰ ਹਾਲਾਤ ਜਿਹੜੇ ਉੱਥੋਂ ਦੇ ਜਾਣਾਂਗੇ। ਇਸ ਵਕਤ ਤੁਸੀਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਵੇਖ ਲਈਆਂ ਕਿ ਕਿਸ ਤਰ੍ਹਾਂ ਪਹਿਲਾਂ ਕੇਲ ਲਗਾ ਦਿੱਤੇ ਗਏ ਆ, ਉਹਨਾਂ ਦੇ ਉੱਤੇ ਸੀਮੈਂਟ ਪਾਇਆ ਜਾ ਰਿਹਾ ਤਾਂ ਜੋ ਜੇਕਰ ਟਰੈਕਟਰ ਆਉਂਦੇ ਆ ਤਾਂ ਟਾਇਰ ਜਿਹੜੇ ਆ ਉਹਨਾਂ ਦਾ ਨੁਕਸਾਨ ਹੋਵੇ, ਔਰ ਉਸ ਤੋਂ ਬਾਅਦ ਜੋ ਬੈਰੀਗੇਟਿੰਗ ਕੀਤੀ ਹੋਈ ਆ ਸੀਮੈਂਟ ਦੀ ਅਤੇ ਉਹਨਾਂ ਦੇ ਉੱਤੇ ਕੰਕਰੀਟ ਪਾਇਆ ਜਾ ਰਿਹਾ ਤਾਂ ਜੋ ਉਹਨਾਂ ਨੂੰ ਹਟਾਇਆ ਨਾ ਜਾ ਸਕੇ। ਉਸ ਤੋਂ ਇਲਾਵਾ ਹੇਠਾਂ ਜੋ ਘੱਗਰ ਦੇ ਵਿੱਚ ਉੱਥੇ ਵੀ ਕਈ ਫੁੱਟ ਡੂੰਘੇ ਖੱਡੇ ਮਾਰ ਦਿੱਤੇ ਗਏ ਤਾਂ ਜੋ ਟਰੈਕਟਰ ਉੱਥੋਂ ਵੀ ਕਿਸਾਨ ਆਪਣੇ ਲੈ ਕੇ ਨਾ ਜਾ ਸਕਣ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਰਕਾਰ ਦੇ ਨਾਲ ਕੋਈ ਸਹਿਮਤੀ ਕਿਸਾਨਾਂ ਦੀ ਬਣਦੀ ਹੈ ਜਾਂ ਦਿੱਲੀ ਵੱਲ ਕਿਸਾਨ ਵਧਣਗੇ ਔਰ ਕਿਸ ਤਰੀਕੇ ਨਾਲ ਵਧਣਗੇ ਉਹ ਦੇਖਣਾ ਹੋਏਗਾ।